ਪਿਆਰੇ ਦੋਸਤੋ, ਸਤਿ ਸ਼੍ਰੀ ਅਕਾਲ। ਸਾਡੇ ਜੀਵਨ ਦੇ ਵਿੱਚ ਮੋਟੀਵੇਸ਼ਨ ਦਾ ਬਹੁਤ ਹੀ ਚੰਗਾ ਯੋਗਦਾਨ ਹੈ। ਜਦੋਂ ਸਾਨੂੰ ਮੋਟੀਵੇਸ਼ਨ ਮਿਲ ਜਾਂਦਾ ਹੈ ਤਾਂ ਸਾਡੀ ਸ਼ਕਤੀ ਕਈ ਗੁਣਾ ਵੱਧ ਜਾਂਦੀ ਹੈ। ਤਾਂ ਆਪਣੇ ਪਿਆਰੇ ਪੰਜਾਬੀ ਭਾਈਆਂ ਵਾਸਤੇ ਮੈਂ ਇੱਕ ਛੋਟੀ ਜਿਹੀ ਕਹਾਣੀ, ਪਰ ਕਾਫੀ ਮੋਟੀਵੇਸ਼ਨ ਤੁਹਾਨੂੰ ਦੇਗੀ, ਉਹ ਦੱਸਣ ਲੱਗਾ ਹਾਂ। ਦੇਖੋ, ਬਹੁਤ ਸਮਾਂ ਪਹਿਲੇ ਇੱਕ ਬਾਬਾ ਜੀ ਹੁੰਦੇ ਸਨ। ਉਹ ਆਪਣੇ ਕੋਠੇ ਦੀ ਛੱਤ ਉੱਤੇ ਚੜ੍ਹ ਕੇ ਚਿਲਾਇਆ ਕਰਦੇ ਸਨ। ਕੀ ਚਿਲਾਇਆ ਕਰਦੇ ਸਨ? ਉਹ ਭਾਈਓ, ਜੋ ਤੁਸੀਂ ਚਾਹੋਗੇ ਤੁਹਾਨੂੰ ਉਹ ਮਿਲੇਗਾ, ਜੋ ਤੁਸੀਂ ਚਾਹੋਗੇ ਤੁਹਾਨੂੰ ਉਹ ਮਿਲੇਗਾ। ਇੱਕ ਦਿਨ ਮੇਰੇ ਵਰਗਾ ਬੰਦਾ ਉੱਥੋਂ ਲੰਘਿਆ ਅਤੇ ਦੇਖਣ ਲੱਗਾ ਕਿ ਬਾਬਾ ਜੀ ਕੀ ਬੋਲ ਰਹੇ ਨੇ ਆ। ਬਾਬਾ ਜੀ ਤਾਂ ਬੋਲ ਰਹੇ ਨੇ ਕਿ ਜੋ ਤੁਹਾਨੂੰ ਚਾਹੀਦਾ ਹੈ ਉਹ ਤੁਹਾਨੂੰ ਮਿਲੇਗਾ, ਇੱਥੇ ਆ ਜਾਓ। ਤਾਂ ਮੇਰੇ ਵਰਗਾ ਬੰਦਾ ਉੱਥੇ ਪਹੁੰਚ ਗਿਆ। ਬਾਬਾ ਜੀ, ਤੁਸੀਂ ਤਾਂ ਚਲਾ ਰਹੇ ਹੋ, ਚੀਕਾਂ ਮਾਰ ਰਹੇ ਹੋ, ਜੋ ਤੁਹਾਨੂੰ ਚਾਹੀਦਾ ਹੈ ਤੁਸੀਂ ਪਾ ਲਵੋਗੇ, ਤਾਂ ਮੈਨੂੰ ਦੱਸੋ ਕਿ ਮੈਂ ਅਮੀਰ ਆਦਮੀ ਬਣਨਾ ਚਾਹੁੰਦਾ, ਮੈਂ ਚਾਹੁੰਦਾ ਹੀਰੇ ਮੋਤੀਆਂ ਦਾ ਵਪਾਰੀ ਬਣਨਾ, ਕੀ ਤੁਸੀਂ ਮੈਨੂੰ ਹੀਰੇ ਮੋਤੀਆਂ ਦਾ ਵਪਾਰੀ ਬਣਾ ਸਕੋਗੇ? ਕੀ ਤੁਸੀਂ ਕਹਿ ਰਹੇ ਹੋ ਕਿ ਅਗਰ ਮੈਂ ਅਮੀਰ ਆਦਮੀ ਬਣਨਾ ਚਾਹੁੰਦਾ ਤਾਂ ਬਣ ਸਕਦਾ? ਤਾਂ ਬਾਬਾ ਜੀ ਨੇ ਕਿਹਾ, ਬਸ ਇੰਨੀ ਗੱਲ, ਅਰੇ ਤੂੰ ਦਰਵੇਸ਼ ਕੋਲ ਆਇਆ ਤਾਂ ਤੈਨੂੰ ਖਾਲੀ ਹੱਥ ਨਹੀਂ ਛੱਡਾਂਗੇ। ਲੈ, ਤੈਨੂੰ ਮੈਂ ਇੱਕ ਹੀਰਾ ਦਿੰਦਾ, ਇੱਕ ਮੋਤੀ ਦਿੰਦਾ, ਤੂੰ ਜਿੰਨੇ ਚਾਹੇਗਾ ਹੀਰੇ ਅਤੇ ਮੋਤੀ ਤੈਨੂੰ ਮਿਲ ਜਾਣਗੇ। ਤਾਂ ਉਸ ਬਾਬਾ ਜੀ ਨੇ ਉਸ ਵਿਅਕਤੀ ਦਾ ਹੱਥ ਅੱਗੇ ਕਰਿਆ ਅਤੇ ਉਸਦੇ ਵਿੱਚ ਰੱਖਤਾ, ਹੱਥ ਬੰਦ ਕਰਤਾ, ਕਿਹਾ ਕਿ ਬੇਟੇ ਇਹ ਮੋਤੀ ਹੈ, ਇਹ ਹੈ ਸਮੇਂ, ਇਸਨੂੰ ਤੁਸੀਂ ਵਿਅਰਥ ਨਹੀਂ ਗਵਾਉਣਾ, ਇਹ ਸਮਾਂ ਜੋ ਹੈ ਹੀਰੇ ਦੇ ਸਮਾਨ ਹੈ, ਅਤੇ ਜਿੰਨਾ ਤੁਸੀਂ ਸਮਾਂ ਵਿਅਰਥ ਨਹੀਂ ਗਵਾਓਗੇ ਇਹ ਹੀਰੇ ਵਧੀ ਜਾਣਗੇ, ਬੇਅੰਤ ਹੋ ਜਾਣਗੇ। ਉਹ ਵਿਅਕਤੀ ਦੇਖੇ ਕਿ ਬਾਬਾ ਕੀ ਕਹਿ ਰਿਹਾ, ਇਹ ਤਾਂ ਸਠਿਆ ਗਿਆ। ਕਹਿੰਦਾ ਕਿ ਇਹ ਸਮਾਂ ਹੀਰੇ ਸਮਾਨ ਹੈ। ਚਲੋ ਜੀ, ਬਾਬਾ ਜੀ ਅਗਰ ਮੈਂ ਬਾਜ਼ਾਰ ਜਾਵਾਂ, ਕਿਸ ਨੂੰ ਕਹਾਂਗੇ ਮੇਰੇ ਕੋਲ ਸਮੇਂ ਹੈ, ਮੈਨੂੰ ਅਮੀਰ ਆਦਮੀ ਬਣਾ ਦਿਉ, ਤਾਂ ਮੈਨੂੰ ਲੋਕ ਪਾਗਲ ਸਮਝਣਗੇ। ਚਲੋ, ਬਾਬਾ ਜੀ ਨੇ ਕਿਹਾ, ਚਲੋ ਦੂਜਾ ਹੱਥ ਦੇ ਦੇ, ਤੈਨੂੰ ਮੋਤੀ ਦੇ ਦਿੰਦਾ। ਤਾਂ ਉਸ ਵਿਅਕਤੀ ਨੇ ਦੂਜਾ ਹੱਥ ਦੇ ਦਿੱਤਾ, ਉਸ ਬਾਬਾ ਜੀ ਨੇ ਮੋਤੀ ਰੱਖਤਾ। ਕਾਕੇ, ਇਹ ਹੈ ਮੋਤੀ, ਇਸਨੂੰ ਕਹਿੰਦੇ ਚੰਗੇ ਕੰਮ, ਚੰਗੇ ਕੰਮ ਬੰਦੇ ਦੇ ਕੀਤੇ ਹੋਏ ਮੋਤੀ ਦੇ ਸਮਾਨ ਹਨ। ਜਿਵੇਂ ਜਿਵੇਂ ਬੰਦਾ ਚੰਗੇ ਕੰਮ ਕਰੇਗਾ ਮੋਤੀਆਂ ਦੀ ਸੰਖਿਆ ਵਧੀ ਜਾਏਗੀ। ਜਾ ਕਾਕੇ, ਤੂੰ ਜਾ, ਹੁਣ ਮੈਂ ਤੈਨੂੰ ਦੱਸਤਾ ਕਿ ਇੱਕ ਤੈਨੂੰ ਦੇ ਤਾ ਹੀਰਾ ਅਤੇ ਇੱਕ ਤੈਨੂੰ ਦੇ ਤਾ ਮੋਤੀ। ਤਾਂ ਉਹ ਵਿਅਕਤੀ ਨੂੰ ਕੁਛ ਸਮਝ ਨਹੀਂ ਆਇਆ, ਉੱਥੋਂ ਲੰਘ ਗਿਆ ਜਾਂਦਾ। ਉਹੀ ਤੈਨੂੰ ਪਤਾ ਹੀ ਹੈ ਕਿ ਅਜਿਹੇ ਲੋਕ ਕਿੱਥੇ ਜਾਂਦੇ ਨੇ, ਰੰਗ ਤਮਾਸ਼ੇ ਦੇਖਦਾ ਸ਼ਰਾਬ ਦੀ ਦੁਕਾਨ 'ਤੇ, ਅਤੇ ਰੰਗ ਤਮਾਸ਼ੇ ਦੇਖ ਰਿਹਾ ਹੁੰਦਾ ਸ਼ਰਾਬ ਦੀ ਦੁਕਾਨ 'ਤੇ, ਤਾਂ ਹੀ ਉਸਦਾ ਦਿਮਾਗ ਫਟਕਦਾ। ਉਹ ਬਾਬਾ ਜੀ ਕਹਿ ਰਹੇ ਸਨ ਕੱਲ ਕਿ ਸਮੇਂ ਵਿਅਰਥ ਨਹੀਂ ਗਵਾਉਣਾ ਅਤੇ ਚੰਗੇ ਕੰਮ ਕਰਨੇ ਨੇ, ਤਾਂ ਚਲੋ ਅਜਮਾ ਕੇ ਦੇਖ ਲਈਏ। ਤਾਂ ਉਹ ਵਿਅਕਤੀ
ਸ਼ਰਾਬ ਦੀ ਬੋਤਲ ਨੂੰ ਐਵੇਂ ਥੱਲੇ ਗਿਰ ਦਿੰਦਾ ਹੈ ਅਤੇ ਚੰਗੇ ਕੰਮ ਕਰਨ ਲਈ ਸੋਚ ਲੈਂਦਾ, ਬੰਨ ਲੈਂਦਾ ਮਨ ਵਿੱਚ ਗੱਲ। ਅਗਲੇ ਦਿਨ ਆਪਣੇ ਚਾਚਾ ਜੀ ਦੀ ਦੁਕਾਨ 'ਤੇ ਜਾਂਦਾ ਹੈ। ਚਾਚਾ ਜੀ ਨੂੰ ਹੱਥ ਜੋੜ ਕੇ ਕਹਿੰਦਾ ਹੈ, ਮਾਲਕੋ ਮੇਰਾ ਦਿਲ ਕਰਦਾ ਕਿ ਮੈਂ ਤੁਹਾਡਾ ਕੰਮ ਸਿੱਖ ਲਾਂ। ਚਾਚਾ ਉਸਦਾ ਸੁਨਾਰ ਹੁੰਦਾ ਹੈ, ਜੇਬ ਵਿੱਚੋਂ 100 ਦਾ ਨੋਟ ਕੱਢਦਾ ਹੈ, ਕਹਿੰਦਾ ਕਾਕੇ ਤੂੰ ਫਿਰ ਆ ਗਿਆ, ਇਹ ਲੈ 100 ਦਾ ਨੋਟ। ਕਿਉਂਕਿ ਚਾਚਾ ਜੀ ਨੂੰ ਪਤਾ ਹੁੰਦਾ ਹੈ ਕਿ ਉਸਦਾ ਜਿਹੜਾ ਕਾਕਾ ਹੈ ਉਹ ਭਿਖਾਰੀ ਹੈ, ਡੱਕਾ ਉਸਨੇ ਤੋੜਨਾ ਨਹੀਂ ਅਤੇ ਵਿਹਲਾ ਰਹਿਣਾ। ਪਰ ਅੱਜ ਉਹ ਕਾਕਾ ਕਹਿਣ ਲੱਗਾ, 100-100 ਦੇ ਨੋਟ ਮੈਂ ਬਹੁਤ ਲੈ ਲਏ ਨੇ, ਅੱਜ ਮੈਂ ਕੰਮ ਸਿੱਖਣਾ ਹੈ। ਤਾਂ ਚਾਚਾ ਖੁਸ਼ ਹੋ ਜਾਂਦਾ ਅਤੇ ਕਿਹਾ ਕਿ ਕਾਕੇ ਤੂੰ ਕਹਿ ਰਹੇ ਹੈ ਤੇਰਾ ਦਿਲ ਅੱਜ ਮੈਨੂੰ ਸਾਫ ਲੱਗ ਰਿਹਾ, ਇੰਜ ਲੱਗ ਰਿਹਾ ਜਿਵੇਂ ਆ ਸ਼ੀਸ਼ਾ ਹੋਵੇ। ਤਾਂ ਉਹ ਕਹਿੰਦਾ, ਇਹ ਲੈ ਤੂੰ ਅੱਜ ਕੀ ਕੰਮ ਕਰਨਾ ਹੈ, ਅੱਜ ਇਹ ਸ਼ੀਸ਼ੇ ਹੈ ਇਸ ਦੁਕਾਨ ਦੇ ਨੂੰ ਸਾਫ ਕਰਨੇ ਨੇ, ਝਾੜੂ ਲਗਾਉਣਾ ਹੈ, ਪੋਚਾ ਲਗਾਉਣਾ ਹੈ। ਤਾਂ ਉਹ ਬੰਦਾ ਦਿਲ ਲਗਾ ਕੇ ਸ਼ੀਸ਼ੇ ਸਾਫ ਕਰਦਾ, ਝਾੜੂ ਲਗਾਉਂਦਾ, ਪੋਚਾ ਮਾਰਦਾ, ਰੋਜ਼ ਦੀ ਉਸਦੀ ਇਹੀ ਡਿਊਟੀ ਹੁੰਦੀ ਹੈ। ਅਤੇ ਦੇਖਦਾ ਉਸਦਾ ਚਾਚਾ ਕਿ ਇੱਕ ਮਹੀਨੇ ਵਿੱਚ ਕਿ ਇਹ ਉਸਦਾ ਕਾਕਾ ਬਹੁਤ ਹੀ ਦਿਲ ਲਗਾ ਕੇ ਕੰਮ ਕਰ ਰਿਹਾ, ਸਮਾਂ ਵਿਅਰਥ ਨਹੀਂ ਕਰ ਰਿਹਾ, ਚੰਗਾ ਕੰਮ ਕਰ ਰਿਹਾ। ਤਾਂ ਉਸਦਾ ਚਾਚਾ ਉਸਨੂੰ ਕੰਮ ਸਿਖਾ ਦਿੰਦਾ ਹੈ। ਸੁਨਾਰ ਦੇ ਕੰਮ ਵਿੱਚ ਉਹ 6 ਮਹੀਨੇ ਵਿੱਚ ਪਰਫੈਕਟ ਹੋ ਜਾਂਦਾ ਹੈ ਅਤੇ ਆਪਣੀ ਦੁਕਾਨ ਉਸੇ ਪਿੰਡ ਵਿੱਚ ਲਗਾਉਂਦਾ ਹੈ। ਚਾਚਾ ਉਸਨੂੰ ਖੁਦ ਸਪੋਰਟ ਕਰਦਾ ਹੈ ਅਤੇ ਉਹ 6 ਮਹੀਨੇ ਵਿੱਚ ਆਪਣੀ ਹਮੇਸ਼ਾ ਹੀ ਘੜੀ ਨੂੰ ਦੇਖਦਾ ਹੈ ਕਿ ਕਿੱਥੇ ਗੱਪਾਂ ਮਾਰਨ ਵਿੱਚ ਟਾਈਮ ਤਾਂ ਨਹੀਂ ਖਰਾਬ ਹੋ ਗਿਆ, ਚਲੋ ਚੰਗਾ ਕੰਮ ਕਰੀਏ। ਪਿੰਡ ਵਿੱਚ ਉਸਦੀ ਦੁਕਾਨ ਬਹੁਤ ਵਧੀਆ ਚੱਲਦੀ ਹੈ, ਕਿਸੇ ਨੂੰ ਅਗਰ ਜ਼ਰੂਰਤ ਹੈ ਕਿਸੇ ਸਮਾਨ ਦੀ, ਕੋਈ ਗਰੀਬ ਵਿਅਕਤੀ ਆ ਜਾਂਦਾ ਹੈ ਤਾਂ ਉਹ ਉਸਦੀ ਮਦਦ ਵੀ ਕਰਦਾ ਹੈ, ਅਨਾਥਾਂ ਨੂੰ ਸਹਿਯੋਗ ਦਿੰਦਾ ਹੈ, ਗਰੀਬਾਂ ਨੂੰ ਸਹਿਯੋਗ ਦਿੰਦਾ ਹੈ। 6 ਮਹੀਨੇ ਵਿੱਚ ਉਸਦਾ ਕੰਮ ਇੰਨਾ ਵੱਧ ਜਾਂਦਾ ਹੈ ਕਿ ਉਹ ਕਹਿੰਦਾ ਹੁਣ ਮੈਂ ਸ਼ਹਿਰ ਵਿੱਚ ਵੀ ਕੰਮ ਕਰਾਂਗਾ। ਕੰਮ ਉਹੀ ਸੁਨਾਰ ਦਾ, ਹੀਰੇ ਮੋਤੀ ਖਰੀਦਣੇ ਵੇਚਣੇ। ਅਗਲੇ ਸਾਲ ਉਸ ਸ਼ਹਿਰ ਵਿੱਚ ਆਪਣੀ ਦੁਕਾਨ ਖੋਲ੍ਹਦਾ ਹੈ ਅਤੇ 1 ਸਾਲ ਵਿੱਚ ਉਸਦੀ ਸ਼ਹਿਰ ਵਿੱਚ ਦੁਕਾਨ ਚੱਲ ਜਾਂਦੀ ਹੈ, ਇੰਨਾ ਕੰਮ ਵੱਧ ਜਾਂਦਾ ਹੈ। ਉਹ 1 ਸਾਲ ਦੇ ਵਿੱਚ 1 ਸੈਕਿੰਡ ਵੀ ਵਿਹਲਾ ਨਹੀਂ ਰਹਿੰਦਾ, ਸਾਰਾ ਸਾਲ ਚੰਗੇ ਕੰਮਾਂ ਵਿੱਚ ਬੁੱਝਿਆ ਜਾਂਦਾ ਹੈ। ਕਦੇ ਬਲੱਡ ਡੋਨੇਸ਼ਨ ਦੇਣੀ ਹੋਣ, ਕਦੇ ਬੱਚਿਆਂ ਦੀ ਮਦਦ ਕਰਨੀ ਹੋਵੇ, ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮਾਂ ਵਿੱਚ ਉਹ ਲੱਗਿਆ ਰਹਿੰਦਾ ਹੈ। ਤਾਂ ਉਸਦਾ ਕੰਮ ਬਹੁਤ ਹੀ ਫੈਲ ਜਾਂਦਾ ਹੈ। 2 ਸਾਲ ਉਹ ਆਪਣੇ ਸਟੇਟ ਦੇ ਵਿੱਚ ਅਲੱਗ ਅਲੱਗ ਬ੍ਰਾਂਚਾਂ ਖੋਲ੍ਹ ਲੈਂਦਾ ਹੈ ਅਤੇ 3 ਸਾਲ ਪੂਰੇ ਭਾਰਤ ਵਿੱਚ ਅਲੱਗ ਅਲੱਗ ਬ੍ਰਾਂਚਾਂ ਖੋਲ੍ਹ ਲੈਂਦਾ ਹੈ। 1 ਬ੍ਰਾਂਚ ਉਸਦੀ ਪੰਜਾਬ ਵਿੱਚ ਹੁੰਦੀ ਹੈ, 1 ਬ੍ਰਾਂਚ ਉਸਦੀ ਹਰਿਆਣੇ ਵਿੱਚ ਹੁੰਦੀ ਹੈ, 1 ਬ੍ਰਾਂਚ ਉਸਦੀ ਜੰਮੂ ਕਸ਼ਮੀਰ ਵਿੱਚ ਹੁੰਦੀ ਹੈ। 28-29 ਸਟੇਟਾਂ ਵਿੱਚ ਉਸਦੀਆਂ 28-29 ਬ੍ਰਾਂਚਾਂ ਹੁੰਦੀਆਂ, ਸਾਰੇ ਲੋਕ ਉਸਦੇ ਅੰਡਰ ਕੰਮ ਕਰਦੇ ਹੈ ਅਤੇ ਨੈਸ਼ਨਲ ਲੈਵਲ 'ਤੇ ਉਸਦਾ ਕੰਮ, ਰਾਸ਼ਟਰੀ ਸਤਰ 'ਤੇ ਉਸਦਾ ਕੰਮ ਬਹੁਤ ਹੀ ਰਾਤ ਦੁੱਗਣੀ ਅਤੇ ਦਿਨ ਤਿਗੁਣੀ ਤਰੱਕੀ ਵਿੱਚ ਹੋ ਜਾਂਦਾ ਹੈ। ਅਤੇ 4 ਸਾਲ ਉਹ ਸੋਚਦਾ ਕਿ ਹੁਣ ਮੈਨੂੰ ਅੰਤਰਰਾਸ਼ਟਰੀ ਸਤਰ 'ਤੇ ਕੰਮ ਕਰਨਾ ਚਾਹੀਦਾ ਹੈ ਅਤੇ ਉਹ ਆਪਣੀ ਬ੍ਰਾਂਚ ਪਹਿਲੇ ਅਮਰੀਕਾ, ਫਿਰ ਕੈਨੇਡਾ, ਫਿਰ ਫਰਾਂਸ, ਫਿਰ ਇਟਲੀ ਅਤੇ ਫਿਰ ਸਿੰਗਾਪੁਰ, ਲਗਭਗ 200 ਬ੍ਰਾਂਚਾਂ 200 ਦੇਸ਼ਾਂ ਵਿੱਚ ਖੋਲ੍ਹ ਲੈਂਦਾ ਹੈ।
ਅੰਤਰਰਾਸ਼ਟਰੀ ਸਤਹ ਤੇ ਉਸਦੇ ਡਾਇਮੰਡਸ ਵਿਕਦੇ ਐਂ, ਹੀਰੇ ਮੋਤੀ ਵਿਕਦੇ ਐਂ, ਸਾਰਾ ਸਮਾਨ ਵਿਕੀ ਜਾਂਦਾ ਹੈ। ਅਤੇ ਉਹ ਇੰਨਾ ਅਮੀਰ ਹੋ ਜਾਂਦਾ, ਇੰਨਾ ਅਮੀਰ ਹੋ ਜਾਂਦਾ। ਇੱਕ ਦਿਨ ਸ਼ਾਮ ਨੂੰ ਉਹ ਸੋਚਦਾ ਕਿ ਮੈਂ ਪਿਛਲੇ 40 ਸਾਲ ਤੋਂ ਸੋਚ ਰਿਹਾ ਸੀ ਕਿ ਮੈਨੂੰ ਅਮੀਰ ਆਦਮੀ ਬਣਨਾ ਹੈ, ਬਣਨਾ ਹੈ। ਇਹ 4 ਸਾਲਾਂ ਵਿੱਚ ਇਸ ਤਰ੍ਹਾਂ ਦਾ ਕੀ ਹੋਇਆ ਕਿ ਮੈਂ ਜੋ 40 ਸਾਲਾਂ ਵਿੱਚ ਨਹੀਂ ਕਰ ਸਕਿਆ ਉਹ 4 ਸਾਲਾਂ ਵਿੱਚ ਕਰ ਗਿਆ? ਤਾਂ ਉਸਨੂੰ ਯਾਦ ਆਉਂਦੀ ਹੈ, ਇੱਕ ਬਾਬਾ ਜੀ ਹੁੰਦੇ ਸੀ, ਉਹ ਕੋਠੇ 'ਤੇ ਚਲਾਇਆ ਕਰਦੇ ਸੀ ਕਿ ਜੋ ਚਾਹੋਗੇ ਤੁਹਾਨੂੰ ਉਹੀ ਪ੍ਰਾਪਤ ਹੋਏਗਾ, ਜੋ ਚਾਹੋਗੇ ਤੁਹਾਨੂੰ ਉਹੀ ਪ੍ਰਾਪਤ ਹੋਏਗਾ। ਉਹ ਵਿਅਕਤੀ ਉਸਦਾ ਧੰਨਵਾਦ ਕਰਨ ਵਾਸਤੇ ਬਾਬਾ ਜੀ ਦਾ ਭਾਰਤ ਵਿੱਚ ਜਾਂਦਾ ਅਤੇ ਆਪਣਾ ਹਵਾਈ ਜਹਾਜ਼ ਮੰਗਵਾਉਂਦਾ। ਉਸਦੇ ਨਾਲ ਉਸਦੇ 20,000 ਇੰਪਲਾਈਜ਼ ਉਸਦੇ ਨਾਲ ਆਉਂਦੇ ਹੈ। ਉਹ ਉਸ ਪਿੰਡ ਵਿੱਚ ਪਹੁੰਚਦੇ ਹੈ, ਦੇਖਦੇ ਹੈ ਕਿ ਬਾਬਾ ਜੀ ਨੂੰ ਲੋਕ ਪੱਥਰ ਮਾਰ ਰਹੇ ਹੈ, ਬਾਬਾ ਜੀ ਦੇ ਫਟੇ ਹੋਏ ਕੱਪੜੇ ਨੇ, ਅਤੇ ਅੱਜ ਵੀ ਉਹ 4 ਸਾਲਾਂ ਤੋਂ ਇਹ ਚਲਾ ਰਹੇ ਹੈ। ਜੋ ਚਾਹੋਗੇ ਤੁਹਾਨੂੰ ਉਹੀ ਪ੍ਰਾਪਤ ਹੋਏਗਾ, ਜੋ ਚਾਹੋਗੇ ਤੁਹਾਨੂੰ ਉਹੀ ਪ੍ਰਾਪਤ ਹੋਏਗਾ। ਅਤੇ ਉਹ ਜੋ ਅਮੀਰ ਵਿਅਕਤੀ ਹੈ ਦੇਖਦਾ ਕਿ ਉੱਥੇ ਜਾਣ ਵਾਸਤੇ ਪੌੜੀ ਵੀ ਨਹੀਂ ਹੈ, ਉਹ ਆਪਣੇ 20,000 ਇੰਪਲਾਈ ਨੂੰ ਕਹਿੰਦਾ ਕਿ ਤੁਸੀਂ ਪੌੜੀ ਬਣ ਜਾਓ। ਅਤੇ ਉਹ ਅਮੀਰ ਆਦਮੀ ਉਸ ਬਾਬਾ ਜੀ ਕੋਲ ਚਲਾ ਜਾਂਦਾ, ਜਾਂਦੇ ਹੀ ਉਹਨੂੰ ਮੱਥਾ ਟੇਕਦਾ, ਬਾਬਾ ਜੀ ਤੁਸੀਂ ਸੱਚ ਕਹਿੰਦੇ ਹੋ, ਤੁਸੀਂ ਕਹਿੰਦੇ ਹੋ ਜੋ ਚਾਹੋਗੇ ਸੋ ਪਾਓਗੇ। ਅੱਜ 4 ਸਾਲਾਂ ਬਾਅਦ ਮੈਂ ਅਹਿਸਾਸ ਕਰ ਰਿਹਾ ਕਿ ਜੋ ਮੈਂ ਚਾਹੁੰਦਾ ਸੀ ਉਹ ਮੈਂ ਅੱਜ ਪ੍ਰਾਪਤ ਕਰ ਲਿਆ, ਅਤੇ ਜੋ 40 ਸਾਲਾਂ ਵਿੱਚ ਨਹੀਂ ਪ੍ਰਾਪਤ ਕਰ ਸਕਿਆ, ਤੁਸੀਂ ਸੱਚ ਕਹਿੰਦੇ ਸੀ, ਸਮਾਂ ਵਿਅਰਥ ਨਹੀਂ ਗਵਾਉਣਾ। ਮੈਂ 4 ਸਾਲਾਂ ਦੇ ਵਿੱਚ ਇੱਕ ਸੈਕਿੰਡ ਵੀ ਵਿਅਰਥ ਸਮਾਂ ਨਹੀਂ ਗਵਾਇਆ। ਤੁਸੀਂ ਕਹਿੰਦੇ ਸੀ ਕਿ ਇਹ ਹੀਰੇ ਸਮਾਨ ਹੈ, ਇਹ ਸੱਚ ਹੈ। ਤੁਸੀਂ ਇਹ ਵੀ ਕਹਿੰਦੇ ਸੀ ਕਿ ਚੰਗੇ ਕੰਮ ਕਰਨੇ ਨੇ, 4 ਸਾਲਾਂ ਤੋਂ ਮੈਂ ਕੋਈ ਗਲਤ ਕੰਮ ਕਰਿਆ ਨਹੀਂ, ਹਮੇਸ਼ਾ ਹੀ ਚੰਗੇ ਲੋਕਾਂ ਦੀ ਭਲਾਈ ਵਾਸਤੇ ਕੰਮ ਕਰਦਾ ਰਿਹਾ। ਅਤੇ ਅੱਜ ਮੈਨੂੰ ਅਹਿਸਾਸ ਹੋਇਆ ਕਿ ਮੈਂ ਇਹਨਾਂ ਦੀ ਬਦੌਲਤ ਹੀ ਹੀਰੇ ਮੋਤੀਆਂ ਦਾ ਵਪਾਰੀ ਬਣ ਗਿਆ ਹਾਂ। ਅਮੀਰ ਆਦਮੀ ਬਣਨਾ ਚਾਹੁੰਦਾ ਸੀ ਪਰ ਅੱਜ ਬਣ ਗਿਆ, ਅਤੇ ਅੱਜ ਮੇਰੇ ਕੋਲ ਅਨੰਤ ਧਨ ਦੌਲਤ ਹੈ, ਅਤੇ ਅੱਜ ਮੈਂ ਤੁਹਾਡਾ ਆਸ਼ੀਰਵਾਦ ਲੈਣ ਆਇਆ। ਤਾਂ ਬਾਬਾ ਜੀ ਕਹਿਣ ਲੱਗੇ ਕਿ ਤੈਨੂੰ ਅੱਜ 4 ਸਾਲ ਬਾਅਦ ਪਤਾ ਲੱਗਿਆ, ਮੈਂ ਪਿਛਲੇ 40 ਸਾਲਾਂ ਤੋਂ ਲੋਕਾਂ ਨੂੰ ਕਹਿ ਰਿਹਾ ਕਿ ਭਲੇ ਲੋਕੋ ਸਮਾਂ ਵਿਅਰਥ ਨਾ ਜਾਣ ਦਿਓ, ਇਹ ਹੀਰੇ ਦੇ ਸਮਾਨ ਹੈ, ਚੰਗੇ ਕੰਮ ਕਰ ਲਓ, ਇਹ ਮੋਤੀ ਦੇ ਸਮਾਨ ਹੈ, ਲੋਕ ਮੈਨੂੰ ਪਾਗਲ ਕਹਿੰਦੇ ਹੈ। ਤੂੰ ਅੱਜ ਤੂੰ ਵੀ ਪਾਗਲ ਹੋ ਗਿਆ? ਤਾਂ ਅਮੀਰ ਆਦਮੀ ਕਹਿਣ ਲੱਗਾ, ਹਾਂ ਮੈਂ ਵੀ ਪਾਗਲ ਹੋ ਗਿਆ। ਅਤੇ ਉਸ ਵਿਅਕਤੀ ਨੇ ਜੋ ਅਮੀਰ ਆਦਮੀ ਹੋ ਗਿਆ ਸੀ ਚਿਲਾਇਆ, ਉਹ ਦੁਨੀਆ ਦੇ ਲੋਕੋਂ ਬਾਬਾ ਜੀ ਜੋ ਕਹਿ ਰਹੇ ਨੇ ਉਹ ਸੱਚ ਹੈ, ਸਾਨੂੰ ਸਮੇਂ ਨਹੀਂ ਗਵਾਉਣਾ ਚਾਹੀਦਾ, ਇਹ ਹੀਰੇ ਸਮਾਨ ਹੈ, ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ, ਇਹ ਮੋਤੀ ਦੇ ਸਮਾਨ ਹੈ। ਅਤੇ ਪਿਆਰੇ ਦੋਸਤੋ, ਤੁਹਾਨੂੰ ਇਸ ਕਹਾਣੀ ਤੋਂ ਇਹ ਮੋਟੀਵੇਸ਼ਨ ਪ੍ਰਾਪਤ ਹੋਇਆ ਕਿ ਸਮੇਂ ਵਾਕਈ ਹੀਰੇ ਦੇ ਸਮਾਨ ਹੈ, ਅਤੇ ਚੰਗੇ ਕੰਮ ਬੰਦੇ ਦੇ ਮੋਤੀ ਦੇ ਸਮਾਨ ਹੁੰਦੇ ਹਨ, ਅਤੇ ਤੁਸੀਂ ਦੋਵੇਂ ਚੀਜ਼ਾਂ ਬੰਨ ਲਓ, ਅਤੇ ਅੱਜ ਤੋਂ ਆਪਣਾ ਸਮਾਂ ਵਿਅਰਥ ਨਾ ਗਵਾਓ ਅਤੇ ਚੰਗੇ ਕੰਮ ਕਰੋ, ਦੇਖੋ ਫਿਰ ਤੁਸੀਂ ਜੋ ਚਾਹੋਗੇ ਤੁਹਾਨੂੰ ਉਹ ਪ੍ਰਾਪਤ ਹੋਏਗਾ। ਧੰਨਵਾਦ।